ਘਟਨਾ ਇਦਾਂ ਹੋਈ ਸੀ 5 6 ਉਹਨੂੰ ਐਸੀ ਨਸ਼ਾ ਛੱਡਣ ਦੇ ਕਾਰਨ ਜਿਹੜਾ ਸਮਰਾਲੇ ਵਿੱਚ ਇੱਕ ਡੀਡਿਕਸ਼ਨ ਸੈਂਟਰ 'ਚ ਉਹਨੂੰ ਐਡਮਿਟ ਕਰਵਾਇਆ ਹੋਇਆ ਸੀ ਉਸ ਦਿਨ ਜਿੱਦਣ ਉਹਨਾਂ ਨੇ ਉਹਨੂੰ ਸਾਈਨ ਜਮਾ ਕੀਤਾ ਉਦੋਂ ਉਹਨਾਂ ਨੇ ਸਾਈਨ ਕਰਵਾਏ ਨੇ ਪਾਪਾ ਦੇ ਮੰਮੀ ਦੇ ਪਰ ਜਿੱਦਣ ਉਹਨੂੰ ਉੱਥੋਂ ਰਿਲੀਜ਼ ਕੀਤਾ ਉਸ ਦਿਨ ਸਾਨੂੰ ਉਹਨਾਂ ਨੇ ਖਬਰ ਨਹੀਂ ਕੀਤੀ ਉਹਨੂੰ ਰਿਲੀਜ਼ ਕਰਤਾ ਉਥੋਂ ਉੱਥੇ ਜਾ ਕੇ ਦਾਖਲ ਹੋ ਗਿਆ ਉਹਨਾਂ ਨੇ ਪਤਾ ਨਹੀਂ ਕੀ ਇਲਜ਼ਾਮ ਲਾਇਆ ਕੀ ਆਖਿਆ ਕੀ ਨਹੀਂ ਮੈਨੂੰ ਨਹੀਂ ਪਤਾ ਮੈਂ ਮੈਂ ਆਪਣੀ ਇੱਥੇ ਪੜ ਪੂਜਾ ਦੇ ਕੰਮ ਵਿੱਚ ਗਿਆ ਹੋਇਆ ਹਾਂ ਤੇ ਉਹ ਇਹਨਾਂ ਦੀ ਮਿਸ ਕਾਲ ਆਈ ਮੈਂ ਆਨ ਕੇ ਇੱਥੇ ਫੋਨ ਕੀਤਾ ਮੈਂ ਉਹਨਾਂ ਨੂੰ ਆਖਿਆ ਕਿ ਦੱਸੋ ਕੀ ਗੱਲ ਹੈ ਉਹ ਆਂਦੇ ਜੀ ਇਦਾਂ ਗਰਮੇਲ ਸਿੰਘ ਨੂੰ ਅਸੀਂ ਛੁੱਟੀ ਦੇ ਦਿੱਤੀ ਏ ਇਹ ਪਹਿਲਾਂ ਮੇਰੇ ਘਰੇ ਵੀ ਆਏ ਨੇ ਮਾਪਿਓਂ ਇਹੀ ਘਰੇ ਨਹੀਂ ਸੀ ਹੈਗੇ ਤੋਂ ਉਹਨੂੰ ਵਾਪਸ ਨਾਲ ਲੈ ਗਏ ਨੇ ਘਰੇ ਉੱਥੇ ਲਿਜਾ ਗਏ ਇਹਨਾਂ ਨੇ ਉੱਥੇ ਵਾਪਸ ਕਰ ਦਿੱਤਾ ਜੀ ਇਹਨੂੰ ਭੇਜ ਦਿੱਤਾ ਇਹ 2 3 ਵਜੇ ਦੇ ਕਰੀਬ ਇੱਥੇ ਆਇਆ ਹੈ ਤੇ ਹੁੰਦਾ ਸਾਰੀ ਇੱਥੋਂ ਚਲਾ ਗਿਆ ਆਪਣਾ ਉਹਨਾਂ ਬੰਦਿਆਂ ਕੋਲ ਜਾਂਦਾ ਹੁੰਦਾ ਸੀ ਉਹ ਉੱਥੇ ਜਾ ਗਏ ਉਹਨਾਂ ਨੇ ਧੱਕੇ ਨਾਲ ਉਹਨੂੰ ਜੋ ਵੀ ਟੀਗਾ ਨਸ਼ਾ ਲਾ ਕੇ ਮੇਰਾ ਨਾਮ ਗੰਗਾ ਸਿੰਘ ਹੈ ਜੀ ਮੈਂ ਪੈਣੀ ਸਾਹਿਬ ਦਾ ਰਹਿਣ ਵਾਲਾ ਹਾਂ ਜ਼ਿਲ੍ਹਾ ਲੁਧਿਆਣੇ ਦਾ ਮੇਰੇ ਬ੍ਰਦਰ ਸੀ ਛੋਟਾ ਬ੍ਰਦਰ ਸੀ 28 ਸਾਲ ਉਮਰ ਸੀ ਉਹਨਾਂ ਦੀ ਗਰਮੇਲ ਸਿੰਘ ਨਾਮ ਸੀ ਜੀ ਉਹਨਾਂ ਦਾ ਨਸ਼ੇ ਦੀ ਆਦਤ ਸੀ ਉਹ ਵੀ ਘਟਨਾ ਇਦਾਂ ਹੋਈ ਸੀ 5 6 ਉਹਨੂੰ ਐਸੀ ਨਸ਼ਾ ਛੱਡਣ ਦੇ ਕਾਰਨ ਜਿਹੜਾ ਸਮਰਾਲੇ ਵਿੱਚ ਡੀਡਿਕਸ਼ਨ ਸੈਂਟਰ 'ਚ ਉਹਨੂੰ ਐਡਮਿਟ ਕਰਵਾਇਆ ਹੋਇਆ ਸੀ ਉਸ ਦਿਨ ਜਿੱਦਣ ਉਹਨਾਂ ਨੇ ਉਹਨੂੰ ਸਾਈਨ ਜਮਾ ਕੀਤਾ ਉਦੋਂ ਉਹਨਾਂ ਨੇ ਸਾਈਨ ਕਰਵਾਏ ਨੇ ਪਾਪਾ ਦੇ ਮੰਮੀ ਦੇ ਪਰ ਜਿੱਦਣ ਉਹਨੂੰ ਉੱਥੋਂ ਰਿਲੀਜ਼ ਕੀਤਾ ਉਸ ਦਿਨ ਸਾਨੂੰ ਉਹਨਾਂ ਨੇ ਖ਼ਬਰ ਨਹੀਂ ਕੀਤੀ ਉਹਨੂੰ ਰਿਲੀਜ਼ ਕਰਤਾ ਉਥੋਂ ਉਹ ਘਰੇ ਆ ਗਿਆ ਕੱਲਾ ਸਾਨੂੰ ਪਤਾ ਨਹੀਂ ਲੱਗਾ ਸਾਨੂੰ ਨਹੀਂ ਕਿਸੇ ਨੂੰ ਦੱਸਿਆ ਜਦੋਂ ਆਪਾਂ ਆਪਾਂ ਨੂੰ ਫੋਨ ਆਇਆ ਉਹਨਾਂ ਨੇ ਕਿ ਤੁਹਾਡੇ ਮੁੰਡੇ ਨੇ ਗਾ ਇਦਾਂ ਗੋਲੀਆਂ ਇੱਥੋਂ ਹੀ ਕੀਤੀਆਂ ਨੇ ਸਾਨੂੰ ਇਸ ਗੱਲ ਦਾ ਨਹੀਂ ਦੱਸਿਆ ਉਹਨਾਂ ਨੇ ਉਹਨੂੰ ਬਿਨਾਂ ਡੈਡੀ ਨੇ ਕਿਹਾ ਵੀ ਹੈ ਕਿ ਤੁਸੀਂ ਇਹਨੂੰ ਪੁਲਿਸ 'ਚ ਫੜਾਓ ਜੇ ਚੋਰੀ ਕੀਤੀ ਹੈ ਤੇ ਪਰ ਉਹਨਾਂ ਨੇ ਉਹ ਪੁਲਿਸ ਨੂੰ ਨਹੀਂ ਫੜਾਇਆ ਉਹਨੂੰ ਘਰੇ ਭੇਜਤਾ ਉਹਦੇ ਦਿਮਾਗ 'ਚ ਕੀ ਆਇਆ ਕੀ ਨਹੀਂ ਉਹਨੇ ਮੈਨੂੰ ਨਾਲ ਲੈ ਕੇ ਡੈਡੀ ਕੋਲੋਂ 200 200 ਰੁਪਈਆ ਮੰਗਦਾ ਸੀ ਪਰ ਉਹਦੇ ਵਿੱਚ ਫਿਰ ਪੈਸੇ ਮੇਰੇ ਕੋਲ 2-300 ਮੇਰੇ ਕੋਲ ਲਿਆ ਉਹਨੇ 2-300 ਦੇ ਕੋਲ ਸੀ ਅਸੀਂ ਗਏ ਆ ਉੱਥੇ ਚੁੰਤੇ ਚੁੰਤਾ ਪਿੰਡ ਜਿਹੜਾ ਇਥੋਂ ਮਸ਼ਹੂਰ ਚ ਚਿੱਟੇ ਦਾ ਸਭ ਤੋਂ ਮੰਨ ਲਓ ਗਾੜ ਚਿੱਟੇ ਦਾ ਜਿਹੜਾ ਝੁੰਨਤਾ ਹੈ ਉੱਥੇ ਸਭ ਘਰ ਦੇ ਵਿੱਚ ਚਿੱਟਾ ਵਿਗਦਾ ਹੈ ਉੱਥੇ ਜਦੋਂ ਗਏ ਆ ਉਹਨਾਂ ਨੇ ਸਾਨੂੰ ਜ਼ਬਰਦਸਤੀ ਕਹਿੰਦੇ ਆ ਸਮਾਨ ਆਇਆ ਚਿੱਟਾ ਲਾ ਕੇ ਵੇਖੋ ਤੁਸੀਂ ਇੱਕ ਵਾਰੀ ਉਹਨਾਂ ਨੇ ਗਰਮੇਲ ਮੇਰੇ ਭਰਾ ਦੀ ਬ੍ਰਦਰ ਦੇ ਟੀਕਾ ਲਾਇਆ ਮੇਰੇ ਵੀ ਲਾਇਆ ਮੈਂ ਮੇਰੇ ਲਾਇਆ ਮੇਰੇ ਡੋਏ ਘੱਟ ਸੀ ਲਾਇਆ ਮੇਰੇ ਮੈਂ ਬੇਹੋਸ਼ ਹੋ ਗਿਆ ਮੈਂ ਬੇਹੋਸ਼ ਮੈਨੂੰ ਸਮਝ ਨਹੀਂ ਲੱਗੀ ਤੇ ਬ੍ਰਦਰ ਦੇ ਮੇਰੇ ਲਾਇਆ ਜਦੋਂ ਉਹ ਵੀ ਇੱਕ ਹਿਸਾਬ ਦਾ ਬੇਹੋਸ਼ ਹੀ ਹੋ ਗਿਆ ਸੀ ਮੇਰੇ ਪਾਪਾ ਨੂੰ ਸ਼ੱਕ ਹੋ ਗਿਆ ਕਿ ਇੰਨੀ ਦੇਰ ਹੋ ਗਈ ਆਏ ਕਿਉਂ ਨਹੀਂ ਫਿਰ ਮੇਰੇ ਪਾਪਾ ਮਗਰ ਗਏ ਨੇ ਉੱਥੇ ਉੱਥੇ ਜਾ ਕੇ ਸਾਨੂੰ ਲੱਭਦੇ ਰਹੇ ਨੇ ਕਾਫੀ ਇੱਧਰ ਉੱਧਰ ਨਹੀਂ ਪਤਾ ਲੱਗਾ ਪਰ ਜਦੋਂ ਪਾਪਾ ਨੇ ਸਾਨੂੰ ਵੇਖ ਲਿਆ ਉਹ ਬੰਦੇ ਜਿਹੜੇ ਚਿੱਟੇ ਵਾਲੇ ਸੀ ਉਹ ਸਾਨੂੰ ਵੇਖ ਕੇ ਮੇਰੇ ਡੈਡੀ ਨੂੰ ਵੇਖ ਕੇ ਪਾਪਾ ਨੂੰ ਸਾਨੂੰ ਛੱਡ ਕੇ ਤੇ ਭੱਜ ਗਏ ਫਿਰ ਡੈਡੀ ਸਾਨੂੰ ਦੋਨਾਂ ਜਣਿਆਂ ਨੂੰ ਲੈ ਕੇ ਆਏ ਮੇਰੇ ਬ੍ਰਦਰ ਨੂੰ ਤੇ ਮੈਨੂੰ ਘਰ ਲੈ ਕੇ ਆਏ ਜਦੋਂ ਘਰ ਆਏ ਆ ਮੈਨੂੰ ਤੇ ਹੋਸ਼ ਆ ਗਈ ਸੀ ਪਰ ਮੇਰੇ ਬ੍ਰਦਰ ਦੇ ਉਸ ਟਾਈਮ ਨੱਕ 'ਚ ਖੂਨ ਆਇਆ ਇੱਕਦਮ ਉਹ ਜਦੋਂ ਘਰ ਪਹੁੰਚਿਆ ਪੰਜਾਂ ਮਿੰਟਾਂ ਦੇ ਵਿੱਚ ਉਹ ਸਾਹ ਦਮ ਤੋੜ ਗਿਆ ਆਪਣਾ ਹੁਣ ਕੀ ਮੰਗ ਕਰਦੇ ਮੰਗ ਹੋਣਾ ਸੀ ਇਹ ਕਿ ਉਹਨੇ ਆ ਜਿੰਨਾ ਵੀ ਚਿੱਟੇ ਵੇਚਣ ਵਾਲੇ ਨੇ ਜੀ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਅਸੀਂ 12 13 ਜਣਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ ਪਰ ਉਹਨਾਂ ਵਿੱਚੋਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਦੋ ਤਿੰਨ ਜਣਾਂ ਨੂੰ ਰਸਤੇ 'ਤੇ ਲਿਆ ਤਿੰਨ ਜਣਾਂ ਨੂੰ ਰਸਤੇ 'ਤੇ ਲਿਆ ਬਾਕੀ ਸਾਰੇ ਫਰਾਰ ਨੇ ਜਾਂ ਕਿੱਥੇ ਨੇ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਜੀ ਅਸੀਂ ਇਹ ਚੁੰਨੇ ਆ ਬਸ ਸਾਡੀ ਮੰਗ ਇਹ ਹੈ ਕਿ ਜਿੰਨੇ ਜਾਣੇ ਨੇ ਉਹ ਵੇਚਣ ਵਾਲੇ ਉਹ ਸਾਰੇ ਫੜੇ ਜਾਣ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਚਿੱਟਾ ਬੰਦ ਕਰਵਾਇਆ ਜਾਵੇ ਇੱਥੇ ਇਹ ਪਿੰਡ ਪਹਿਲਾਂ ਵੀ ਇਹ ਨਸ਼ੇ ਦੀ ਰਾਜਧਾਨੀ ਕਿਹਾ ਜਾਂਦਾ ਹੈ ਕਿਹੜਾ ਪਿੰਡ ਹੈ ਕਿੰਨੀ ਕੁ ਦੂਰ ਹੈ ਤੁਹਾਤੋਂ ਇੱਥੋਂ 10-12 ਕਿਲੋਮੀਟਰ ਦੂਰ ਹੈ ਜੀ ਸਾਰੇ ਉੱਥੇ ਇਹ ਗੜ੍ਹ ਸਮਝੋ ਚਿੱਟੇ ਦਾ ਆਪਣੇ ਵਾਲੇ ਜ਼ਿਲ੍ਹਾ ਲੁਧਿਆਣੇ ਦਾ ਗੜ੍ਹ ਉਹ ਪਿੰਡ ਹੀ ਹੈ ਜੀ ਚਿੱਟਾ ਚਚੌਂਤਾ ਪਿੰਡ ਓ ਜਿਹੜਾ ਮਾਲੋ ਇੱਕ ਰਤਨਗੜ ਤੋਂ ਅੱਗੇ ਪੈਂਦਾ ਕੋਈ ਸਮਾਨ ਏਰੀਏ ਨਾਲੋਂ ਕਾਫੀ ਸਸਤਾ ਮਿਲਦਾ ਉੱਥੇ ਹਾਂਜੀ ਸਸਤਾ ਮਿਲਦਾ ਜੀ ਉੱਥੇ ਸਭ ਤੋਂ ਇੱਥੇ ਲੋਕਲ ਆਪਾਂ ਜੇ ਆਪਾਂ ਲਾਗੇ ਇੱਥੋਂ ਲਾਗੇ ਤਾਂ ਉਹ 5-6000 ਨੂੰ ਦਿੰਦੇ ਨੇ ਉੱਥੇ ਉਹ 3000 ਨੂੰ ਦਿੰਦੇ ਨੇ ਉਹੀ ਸਮਾਨ ਸਸਤਾ ਕਾਰਨ ਕੀ ਬਣਦਾ ਕੀ ਉਹਦੇ ਵਿੱਚ ਕੁਝ ਹੋਰ ਵੀ ਸਿੰਥੈਟਿਕ ਹਾਂਜੀ ਸਿੰਥੈਟਿਕ ਮਿਲਾਂਦੇ ਨੇ ਜਾਂ ਕੋਈ ਮੰਨ ਲਓ ਜੇ ਨਿਗਰੋ ਕੋਲੋਂ ਦਿੱਲੀੋਂ ਲੈ ਕੇ ਆਉਂਦੇ ਨੇ ਜੋ ਵੀ ਲਿਆਉਂਦੇ ਨੇ ਉਹ ਸਸਤਾ ਸਮਾਨ ਦਿੰਦੇ ਨੇ ਸਭ ਉਹ ਇਸ ਕਰਕੇ ਉੱਥੇੋਂ ਹੀ ਹੁੰਦੇ ਨੇ ਚੁੰਤੇ ਤੁਸੀਂ ਤੇ ਉਹ ਰੋਜ਼ ਉੱਥੇ ਗਲੀ ਦੇ ਵਿੱਚ ਉਹਨਾਂ ਦੇ ਭੀੜ ਲੱਗੀ ਰਹਿੰਦੀ ਹੈ ਉੱਥੇ ਇੱਕ ਮੁੰਡਾ ਜਾਂਦਾ ਦੋ ਜਾਂਦੇ ਨੇ ਤੇ ਦੋ ਆਉਂਦੇ ਨੇ ਦੋ ਆਉਂਦੇ ਦੋ ਜਾਂਦੇ ਨੇ ਕਿ ਚਿੱਟੇ ਦਾ ਸਮਝ ਲਓ ਗਾੜੀ ਇੱਕ ਹਿਸਾਬ ਦਾ ਜਿੱਦਾਂ ਕੋਈ ਫੋਰਚੂਨ ਫੋਰਚੂਨ ਦੀ ਦੁਕਾਨ ਤੇ ਅਪੋਰਚੂਨ ਨਹੀਂ ਵਿਕ ਰਿਆ ਹੁੰਦਾ ਇਦਾਂ ਚਿੱਟਾ ਵਿਕਦਾ ਜੀ ਉੱਥੇ ਜਨਾਨੀਆਂ ਵੀ ਵੇਚਦੀਆਂ ਨਾਲ ਬੰਦੇ ਵੀ ਵੇਚਦੇ ਨੇ ਅੱਗੋਂ ਉਹਨਾਂ ਦੀਆਂ ਕੁੜੀਆਂ ਵੀ ਵੇਚਦੀਆਂ ਨੇ ਜਵਾਗ ਵੀ ਘਰੇ ਛੋਟੇ-ਛੋਟੇ ਉਹ ਵੀ ਉਹਨਾਂ ਨੇ ਵੇਚਦੇ ਨੇ ਨਾਲ ਕੋਈ ਪੁਲਿਸ ਵੱਲੋਂ ਕਦੇ ਅੱਜ ਤੱਕ ਕੋਈ ਕਾਰਵਾਈ ਪੁਲਿਸ ਵੱਲੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਜਦੋਂ ਅਸੀਂ ਆਹ ਕੰਮ ਸਾਡੇ ਨਾਲ ਹੋਇਆ ਫਿਰ ਉਹਨਾਂ ਨੇ ਪੁਲਿਸ ਵਾਲਿਆਂ ਨੇ ਉਸ ਦਿਨ ਸਾਡੇ ਨਾਲ ਜਾ ਕੇ ਰੇਡ ਮਾਰੀ ਤੇ ਰਾਤ ਤਿੰਨ ਬੰਦੇ ਚੱਕ ਕੇ ਲਿਆਂਦੇ ਫਿਰ ਅਸੀਂ ਹਾਂਜੀ ਕੀ ਨਾਮ ਆ ਤੁਹਾਡਾ ਜੀ ਕਿੱਥੇ ਦੇ ਰਹਿਣ ਵਾਲੇ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਮੈਂ ਪੈਣੀ ਸਾਹਿਬ ਦੇ ਰਹਿਣ ਵਾਲਾ ਹਾਂ ਜੀ ਮੇਰੇ ਤੁਹਾਡੇ ਕਿੰਨੇ ਬੱਚੇ ਨੇ ਤੇ ਕੀ ਕਰਦੇ ਨੇ ਦੋ ਬੱਚੇ ਨੇ ਗੰਗਾ ਸਿੰਘ ਗਰਮੇਲ ਸਿੰਘ ਉਹ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਜੀ ਟੀਕੇ ਲਾਉਂਦੇ ਨੇ ਚਿੱਟੇ ਦੇ ਤੇ ਉਹ ਇੱਥੇ ਮੈਂ ਜਿਹੜਾ ਗਰਮੇਲ ਸਿੰਘ ਸੀ ਉਹਨੂੰ ਮੈਂ ਦਿਵਾਲੀ ਤੋਂ ਪਹਿਲਾਂ ਦਾਖਲ ਕਰਾਇਆ ਸੀ ਸਮਰਾਲਾ ਹਸਪਤਾਲ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਤੇ ਉੱਥੇ ਉਹਨਾਂ ਨੇ ਉਸ ਦਿਨ ਦੀਵਾਲੀ ਵਾਲੇ ਦਿਨ ਆਖ ਦਿੱਤਾ ਕਿ ਇਹਨੂੰ ਤੁਸੀਂ ਅਹੀ ਦੇਰ ਛੁੱਟੀ ਦੇ ਲੱਗੇ 1-2 ਦਿਨਾਂ ਬਾਅਦ ਤੇ ਦੀਵਾਲੀ ਬਾਅਦ ਤੇ ਫੇਰ ਇਹ ਆ ਜਾਏਗਾ ਅਹੀ ਆਖਿਆ ਚਲੋ ਠੀਕ ਹੈ ਕੋਈ ਗੱਲ ਨਹੀਂ ਫੇਰ ਇਹ ਐਦਵਾਰ ਦੀਵਾਲੀ ਹੀ ਸੋਮਵਾਰ ਇਹ ਨਹੀਂ ਗਿਆ ਮੰਗਲਵਾਰ ਚਲਾ ਗਿਆ ਉੱਥੇ ਦਾ ਮਮਮੀ ਆਪਣੀ ਨੂੰ ਨਾਲ ਲੈ ਗਏ ਉੱਥੇ ਜਾ ਕੇ ਦਾਸਲ ਹੋ ਗਿਆ ਉਹਨਾਂ ਨੇ ਪਤਾ ਨਹੀਂ ਕੀ ਇਲਜ਼ਾਮ ਲਾਇਆ ਕੀ ਆਖਿਆ ਕੀ ਨਹੀਂ ਮੈਨੂੰ ਨਹੀਂ ਪਤਾ ਮੈਂ ਆਪਣੀ ਇੱਥੇ ਪਾਰ ਪੂਜਾ ਦੇ ਕੰਮ ਵਿੱਚ ਗਿਆ ਹੋਇਆ ਹਾਂ ਤੇ ਉਹਨੇ ਦੀ ਮਿਸ ਕਾਲ ਆਈ ਮੈਂ ਆਨ ਕੇ ਇੱਥੇ ਫੋਨ ਕੀਤਾ ਮੈਂ ਉਹਨਾਂ ਨੂੰ ਆਖਿਆ ਕਿ ਦੱਸੋ ਕੀ ਗੱਲ ਹੈ ਉਹ ਆਂਦੇ ਜੀ ਇਦਾਂ ਗਰਮੇਲ ਸਿੰਘ ਨੂੰ ਅਸੀਂ ਛੁੱਟੀ ਦੇ ਦਿੱਤੀ ਏ ਇਹ ਪਹਿਲਾਂ ਮੇਰੇ ਘਰੇ ਵੀ ਆਏ ਨੇ ਮਾਂ ਪਿਓ ਇਹੀ ਘਰੇ ਨਹੀਂ ਹੀ ਹੈਗੇ ਤੇ ਉਹਨੂੰ ਵਾਪਸ ਨਾਲ ਲੈ ਗਏ ਨੇ ਘਰੇ ਉੱਥੇ ਲਿਜਾ ਗਏ ਇਹਨਾਂ ਨੇ ਉੱਥੇ ਵਾਪਸ ਕਰ ਦਿੱਤਾ ਜੀ ਇਹਨੂੰ ਭੇਜ ਦਿੱਤਾ ਇਹ 2 3 ਵਜੇ ਦੇ ਕਰੀਬ ਇੱਥੇ ਆਇਆ ਤੇ ਹੁੰਦਿਆ ਸਾਰੀ ਇੱਥੋਂ ਚਲਾ ਗਿਆ ਆਪਣਾ ਉਹਨਾਂ ਬਜਿਨਾਂ ਬੰਦਿਆਂ ਕੋਲ ਜਾਂਦਾ ਹੁੰਦਾ ਏ ਜੋ ਉੱਥੇ ਜਾ ਗਏ ਉਹਨਾਂ ਨੇ ਧੱਕੇ ਨਾਲ ਜੋ ਵੀ ਟੀਗਾ ਨਸ਼ਾ ਲਾ ਕੇ ਉਹ ਇੱਥੇ ਘਰੇ ਆਇਆ ਹੈ ਉਹ ਤੁਲਾ ਕਰਕੇ ਇਹਦੇ ਉਹ ਤਬੀਅਤ ਖਰਾਬ ਹੋ ਗਈ ਹੈ ਉਹਦੇ ਹੌਂਦੇ ਅਟੈਕ ਹੋ ਗਿਆ ਨੱਕੇ ਜੋ ਖੂਨ ਵਗਿਆ ਨੀਲੇ ਕਾਲੇ ਬੱਲ ਹੋ ਗਏ ਨੇ ਤੇ ਉਹਦਾ ਜਿਹੜਾ ਇਹ ਟੀਗਾ ਲਾਇਆ ਸੀ ਉਹਨੇ ਵੱਡੇ ਮੁੰਡੇ ਨੇ ਵੀ ਲਾਇਆ ਸੀ ਉਹ ਵੀ ਬੇਹੋਸ਼ ਸੀਗਾ ਤੇ ਉਹ ਛੋਟੇ ਦੀ ਅੱਠ ਹੋ ਗਈ ਤੇ ਵੱਡਾ ਜਿਹੜਾ ਸੀ ਉਹ ਕੋਲ ਬੈਠਾ ਸੀ ਉਹਨੇ ਜਿਹਨੂੰ ਫੇਰ ਸਾਨੂੰ ਗਵਾਂਡੀਆਂ ਨੇ ਫੋਨ ਕੀਤਾ ਉਹਨਾਂ ਆਖਿਆ ਗੱਲ ਕਾਰਨ ਬਣ ਗਿਆ ਫਿਰ ਅਸੀਂ ਦਵਾਦਬ ਕਰੇ ਆਇਆ ਹੁੰਦਿਆਂ ਨੂੰ ਵੇਖਿਆ ਤੇ ਉਹਨਾਂ ਦੀ ਡੱਟ ਉਹ ਹੋ ਚੁੱਕੀ ਸੀ ਹਾਸਪੀਟਲ ਜਿੱਥੇ ਭਰਤੀ ਸੀਗੀ ਉੱਥੋਂ ਉਹਨਾਂ ਨੂੰ ਤੁਸੀਂ ਛੁੱਟੀ ਦਵਾਈ ਹੈ ਜਾਂ ਉਹਨਾਂ ਵੱਲੋਂ ਛੁੱਟੀ ਨਹੀਂ ਸਾਨੂੰ ਨਹੀਂ ਉਹਨਾਂ ਸੱਧਿਆ ਮੈਨੂੰ ਨਹੀਂ ਸੱਧਿਆ ਉਹਨਾਂ ਨੇ ਮੈਂ ਉਹਨਾਂ ਨੂੰ ਆਖਿਆ ਵੀ ਹੈਗਾ ਮੈਂ ਆਂਦੇ ਪੁਲਿਸ ਮੈਂ ਪੁਲਿਸ ਨੂੰ ਫੜਾ ਦਿਓ ਆਂਦੇ ਤੁਹਾਡੇ ਘਰੇ ਪੁਲਿਸ ਭੇਜ ਦੇਣੇ ਮੈਂ ਭੇਜ ਦਿਓ ਕੋਈ ਗੱਲ ਨਹੀਂ ਮੈਂ ਮੇਰਾ ਮੁੰਡਾ ਪੁਲਿਸ ਨੂੰ ਫੜਾ ਦਿੰਦੇ ਮੇਰਾ ਮੁੰਡਾ ਦਾ ਨਾਂ ਨਾ ਮਰਦਾ ਇਹਨਾਂ ਨੇ ਇਹਨਾਂ ਨੇ ਬਿਨਾ ਪੁੱਛਣ ਤੋਂ ਮਾਂ ਪਿਓ ਤੋਂ ਜਾਂ ਸਾਨੂੰ ਉੱਥੇ ਬੁਲਾ ਲੈਂਦੇ ਜਾਂ ਸਾਨੂੰ ਆਣ ਕੇ ਮਿਲ ਕੇ ਆਂਦੇ ਕਿ ਆ ਤੁਹਾਡਾ ਮੁੰਡਾ ਫੜੋ ਅਸੀਂ ਤੇ ਛੱਡ ਕੇ ਚੱਲੇ ਆਂ ਨਹੀਂ ਕੀ ਕਾਰਨ ਸੀਗਾ ਜਿਹੜਾ ਉਹਨੂੰ ਛੁੱਟੀ ਦਿੱਤੀ ਗਈ ਹੈ ਕਾਰਨ ਉਹਨਾਂ ਚੋਰੀ ਦਾ ਇਲਜ਼ਾਮ ਆਂਦੇ ਜੀ ਗੋਲੀਆਂ ਗਾਲੀਆਂ ਇਹਨੇ ਪਤਾ ਕੀ ਕੀਤਾ ਸਾਨੂੰ ਪੂਰਾ ਕੋਈ ਆਹੋ ਸਾਨੂੰ ਪੂਰੀ ਗੱਲ ਦਾ ਨਹੀਂ ਦੱਸੀ ਉਹਨਾਂ ਨੇ ਘਰੇ ਆਏ ਉਸ ਤੋਂ ਬਾਅਦ ਕੌਣ ਦੋਸਤ ਸੀਗੇ ਉਹਦੇ ਜਿਹੜੇ ਲੈ ਕੇ ਗਏ ਨੇ ਉਹ ਇੱਥੋਂ ਇਹ ਦੋਨੋਂ ਚਲੇ ਗਏ ਨੇ ਜੀ ਦੋਸਤੋਂ ਆਪਾਂ ਜਿਨ੍ਹਾਂ ਕੋਲ ਪਹਿਲਾਂ ਵੀ ਜਾ ਕੇ ਰੋਜ ਉੱਥੇ ਲਾਂਦੇ ਨੇ ਜਾ ਕੇ ਟੀਕੇ ਲਾਂਦੇ ਹਨ ਕਰਦੇ ਹਨ ਨਸ਼ਾ ਉਹਨਾਂ ਨੂੰ ਪੈਸੇ ਦੇ ਕੇ ਤੇ ਤੁਹਾਨੂੰ ਜਾਣਕਾਰੀ ਹੈ ਜੀ ਕੌਣ ਨੇ ਬੰਦੇ ਉਹ ਉਹ ਜਿਹੜੇ ਆ ਰੈਸਟ ਕਰਾਏ ਨੇ 2-3 ਬੰਦੇ ਰੈਸਟ ਕਰਾਏ ਨੇ ਉਹਦੇ ਮੁੰਡਾ ਮੇਰਾ ਵੱਡਾ ਨਾਲ ਗਿਆ ਹੈ ਸਵੇਰੇ ਨਤ 4 ਵਜੇ ਰੇਡ ਕੀਤੀ ਪੁਲਿਸ ਨੇ ਬਾਪੂ ਦੇ ਛੋਟੇ ਦੋਨੇ ਬੇਡੇ ਕਰਦੇ ਨੇ ਨਸ਼ਾ ਕਿੰਨੇ ਟਾਈਮ ਤੋਂ ਕਰ ਰਹੇ ਨੇ ਇਹ 5-10 ਸਾਲ ਤੋਂ ਵੀ ਸਮਝ ਲਓਗੇ ਮੈਂ 5 ਸਾਲ ਹੋ ਗਿਆ ਜੀ ਮੈਨੂੰ ਇੱਥੇ ਆਇਆ ਨੂੰ ਤੇ ਮੈਂ ਇਹਨਾਂ ਨੂੰ ਇੱਥੇ ਠੀਕ ਕਰਨ ਵਾਸਤੇ ਗਏ ਇੱਥੇ ਨਾ ਇਹ ਛੱਡ ਦੇਣਗੇ ਨਸ਼ਾ ਤੇ ਆਪਾਂ ਪਿੰਡ ਦੀ ਗੱਲ ਕਰੀਏ ਭੈਣੀ ਸਾਹਿਬ ਤੇ ਕੀ ਹਾਲਾਤ ਨੇ ਇੱਥੇ ਬਾਕੀ ਨੌਜਵਾਨ ਵੀ ਨਸ਼ਾ ਕਰਦੇ ਨੇ ਇੱਥੇ ਹੁਣ ਸਾਰਾ ਤਾਂ ਨਹੀਂ ਪਤਾ ਇਹਨਾਂ ਮੁੰਡਿਆਂ ਨੂੰ ਜਿਆਦਾ ਪਤਾ ਹੈ ਕਿ ਇੱਥੇ ਕਿੰਨਾ ਕੋਈ ਨਸ਼ਾ ਚੱਲਦਾ ਹੈ ਹਾਂਜੀ ਜਾਦੂ ਕਰਿਆ ਆ ਜ ਜ ਤੁਹਾਨੂੰ ਇਨਫੋਰਮੇਸ਼ਨ ਮਿਲੀ ਜਦ ਤੱਕ ਟੀਕਾ ਲਗਾ ਚੁੱਕੇ ਸੀਗੇ ਉਹ ਜਦੋਂ ਮੈਂ ਆਇਆ ਮੇਰੇ ਹੁੰਦਿਆਂ ਉਹਦੀ ਡੈਥ ਹੋਈ ਪਈ ਸੀ ਜੀ ਕਰੇ ਤੁਹਾਨੂੰ ਵੱਡੇ ਬੇਟੇ ਨੇ ਦੱਸਿਆ ਐ ਗਵਾਂਡੀਆਂ ਨੇ ਮੇਰੇ ਗਵਾਂਡੀਆਂ ਨੇ ਮੈਨੂੰ ਫੋਨ ਕੀਤਾ ਜੀ ਤੇ ਹੁਣ ਕੀ ਕੀ ਹੁਣ ਕੀ ਕਾਰਵਾਈ ਕੀ ਇਨਸਾਫ ਕੀ ਮੰਗ ਕਰ ਆਹੀ ਸਰਕਾਰ ਤੋਂ ਨਿਸਾਬ ਮੰਗਦੇ ਆਂ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨਸ਼ਾ ਇੱਥੇ ਪੰਜਾਬ ਦੇ ਵਿੱਚ ਵਿਗ ਰਿਹਾ ਜਿਹਦਾ ਕੋਈ ਅੰਤ ਹੀ ਕੋ ਨਹੀਂਗਾ ਹਰ ਹਰ ਰੋਜ਼ ਆ ਫੇਸਬੁੱਕ ਦੇ ਵੇਂਦੇ ਪਏ ਆ ਮਰ ਗਿਆ ਉਹਨੇ ਟੀਕਾ ਲਾਇਆ ਇੱਥੇ ਸਾਰੇ ਕਿੰਨੇ ਕੇਸ ਆਪਾਂ ਵੇਂਦੇ ਪਏ ਆ ਰੋਜ਼ੀ